ਸਤਿ ਸ੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਦੋਸਤੋ ਇੱਕ ਵੀਡੀਓ ਦਿਖਾਉਣਾ ਚਾਹੁੰਦਾ ਉਸ ਵੀਰ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਸ ਤਰ੍ਹਾਂ ਦਾ ਬਦਲਾਅ ਲਿਆਂਦਾ ਹੈ ਉਸ ਦੀ ਗੱਲਬਾਤ ਕੀਤੀ ਹੈ ਕਿਸ ਤਰ੍ਹਾਂ ਜਿਨ੍ਹਾਂ ਲੋਕਾਂ ਦੇ ਉੱਪਰ aarop ਲੱਗਦੇ ਨੇ ਜਾਂ ਮਤਲਬ ਕਿਸੇ ਦੀ ਡੈਥ ਹੋ ਜਾਂਦੀ ਆ ਖੁਦ ਨੂੰ ਆਪਣੇ ਆਪ ਗੋਲੀ ਮਾਰ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਜਾਂਦਾ ਹੈ لیکن ਸੁਸਾਈਡ ਨੋਟ ਦੇ ਉੱਪਰ ਜੋ-ਜੋ ਲਿਖਿਆ ਹੁੰਦਾ ਹੈ ਕਿ ਉਸ ਤੇ ਉੱਪਰ ਕਾਰਵਾਈ ਹੁੰਦੀ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਲੋਕਾਂ ਦੇ ਉਸ ਸੁਸਾਈਡ ਨੋਟ ਦੇ ਉੱਪਰ ਬਕਾਇਦਾ ਤੌਰ ਤੇ ਨਾਮ ਹੁੰਦੇ ਕੀ ਬਦਲਾਵ ਇਹ ਹੀ ਹੈ ਕਿ ਜੋ ਕਰੇਗਾ ਉਹ ਹੀ ਭਰੇਗਾ ਮਤਲਬ ਕਿਸ ਤਰ੍ਹਾਂ ਇਹ ਸਾਰਾ ਕੁਝ ਚੱਲ ਰਿਹਾ ਹੈ ਇਸ ਵੀਰ ਨੇ ਪੰਜਾਬ ਸਰਕਾਰ ਦੇ ਵਿੱਚ ਔਰ ਦੁਬਾਰਾ ਇਸ ਵੀਰ ਨੇ ਪੰਜਾਬ ਸਰਕਾਰ ਦੇ ਬਦਲਾਅ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਪੁਲਿਸ ਵਾਲਿਆਂ ਦਾ ਮੁੱਦਾ ਚੱਕਿਆ ਇਹਨਾਂ ਨੇ। ਖਾਸ ਕਰਕੇ ਉਹ ਮੁੱਦਾ ਜੋ ਸਾਡੇ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਹੈ। ਕਿਸੇ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ। ਇਸ ਵੀਰ ਦੀਆਂ ਉਹ ਜਿਹੜੀਆਂ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਕੀਤੀਆਂ ਨੇ ਉਸ ਨੂੰ ਜ਼ਰੂਰ ਤਵਜੂ ਦੇ ਕੇ ਸੁਣਨਾ। ਸੁਣੋ ਤੁਸੀਂ। ਕਹਿੰਦਾ ਮੈਨੂੰ ਕੁੱਟਿਆ ਬਥੇਰਾ ਨਾਲੇ ਰੋਣ ਵੀ ਨਹੀਂ ਦਿੱਤਾ ਹੋਰ ਬਦਲਾ ਦੇ ਨਾਂ ਤੇ ਕੀ ਭਾਲਦੇ ਹਾਂ ਬਦਲਾ ਤਾਂ ਆ ਗਿਆ ਕੁੱਟਿਆ ਕੌਣ ਪੁਲਿਸ ਵਾਲਾ ਪਰਚਾ ਕਿਹਦੇ ਤੇ ਹੋਇਆ ਪੁਲਿਸ ਵਾਲੇ ਤੇ ਤੇ ਬਦਲੀ ਕਿਦੀ ਹੋਈ ਉਹ ਵੀ ਪੁਲਿਸ ਵਾਲੇ ਦੀ ਕਸੂਰ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਬਹੁਤ ਵੱਡੀ ਘਟਨਾ ਵਾਪਰੀ ਪਰ ਦੋਸਤੋ ਮੇਨਸਟ੍ਰੀਮ ਮੀਡੀਆ ਨੇ ਇਗਨੋਰ ਕਰਕੇ ਧਰਤੀ ਦਿਖਾਇਆ ਨਹੀਂ ਕਿਉਂਕਿ ਦਲਾਲ ਬਣੇ ਵੇ ਆ ਦੱਲੇ ਬਣੇ ਵੇ ਆ ਜਿੰਨਿਆਂ ਕਨੇ ਦਿਖਾਇਆ ਉਹਨਾਂ ਨੇ ਭਰਾਵਾਂ ਨੇ ਕੁਛਕਣੇ ਸਹੀ ਪੱਖ ਦਿਖਾਇਆ ਵੀ ਆ ਪਰ ਜ਼ਿਆਦਾਤਰ ਨੇ ਜਿਹੜੀ ਚੀਜ਼ ਦਿਖਾਈ ਆ ਨਾ ਅਸੀਂ ਤਾੜੀਆਂ ਮਾਰੀ ਜਾਂਦੇ ਆ ਕਿਉਂਕਿ ਤਮਾਸ਼ਾ ਦੇਖ ਦੇਖਦੇ ਆ ਨਾ ਅਸੀਂ ਪਹਿਲਾਂ ਦੋਸਤੋ ਬਦਲਾਅ ਕੀ ਹੋਇਆ ਪਹਿਲਾਂ ਅਸੀਂ ਲੜਦੇ ਸੀ ਆਪਸ ਦੇ ਵਿੱਚ ਤੇ ਲੀਡਰ ਤਮਾਸ਼ੇ ਦੇਖਦੇ ਸੀ ਤੇ ਹੁਣ ਕੀ ਹੋ ਰਿਹਾ ਹੁਣ ਪੁਲਿਸ ਵਾਲਿਆਂ ਦੇ ਕੀ ਆ ਪੁਲਿਸ ਵਾਲੇ ਤੇ ਲੀਡਰ ਲੜਦੇ ਆ ਅਸੀਂ ਤਮਾਸ਼ਾ ਦੇਖਦੇ ਆ ਪਰ ਬਣ ਤਮਾਸ਼ਾ ਛੱਡ ਹੀ ਦੇ ਸਾਡਾ ਹੀ ਰਹਾ ਪਰ ਤਮਾਸ਼ਾ ਜਿਹੜਾ ਹੋਇਆ ਮੜੀ ਜੀ ਗੌਰ ਕਰ ਲਿਓ ਤੇ ਰਿਜ਼ਲਟ ਦੇਖ ਲਓ ਅਸੀਂ ਪੁਲਿਸ ਵਾਲਿਆਂ ਤੋਂ ਭਾਲਦੇ ਆ ਵੀ ਸਾਨੂੰ ਬਚਾਉਣਗੇ ਓਏ ਲੱਖ ਲਾਹਣਤਾ ਪੁਲਿਸ ਵਾਲਿਆਂ ਦੇ ਲਾਹਣਤਾ ਪਾਇਓ ਅੱਜ ਦੋ ਗੱਲਾਂ ਤੇ ਅਹਿਮ ਤੇ ਗੱਲ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਪੁਲਿਸ ਵਾਲਿਆਂ ਤੋਂ ਜਿਹੜੇ ਰਾਖੀ ਭਾਲਦੇ ਸੀ ਨਾ ਹੁਣ ਪੁਲਿਸ ਵਾਲਿਆਂ ਨੂੰ ਰਾਖੀ ਦੀ ਲੋੜ ਆ ਮੈਂ ਕਹਣਾ ਅੱਜ ਸਭ ਤੋਂ ਵੱਧ ਪੁਲਿਸ ਵਾਲਿਆਂ ਨੂੰ ਹੈਲਪਲਾਈਨ ਦੀ ਲੋੜ ਹੋਈ ਖੜੀ ਆ ਲੋਕਾਂ ਨੂੰ ਹੈਲਪਲਾਈਨ ਦੀ ਲੋੜ ਨਹੀਂ ਭਗਵੰਤ ਮਾਨ ਜੀ ਕਿਉਂਕਿ ਮਰ ਪੁਲਿਸ ਵਾਲੇ ਰਹੇ ਆ ਆ ਥੋੜੇ ਦਿਨ ਪਹਿਲਾਂ ਇੱਕ ਸੁਸਾਈਡ ਕਰਦਾ ਬੰਦਾ ਆਪਦੇ ਫੈਰ ਮਾਰ ਕੇ ਸੁਸਾਈਡ ਕਰ ਗਿਆ ਯਾਰ ਲਿਖ ਕੇ ਗਿਆ ਕਿ ਮੈਂ ਕਿਉਂ ਮਰਿਆ ਦੱਸ ਕੇ ਗਿਆ ਕਿ ਫਲਾਨੇ ਐਸਐਚਓ ਕਰਕੇ ਮਰਿਆ ਸਤੀਸ਼ ਕੁਮਾਰ ਨਾਂ ਦਾ ਵੀਰ ਦੱਸ ਕੇ ਵੀ ਗਿਆ ਤੇ ਉਹਦੇ ਪਰਿਵਾਰ ਨੂੰ ਫੁਸਲਾ ਕੇ ਡਰਾ ਕੇ ਇੱਕ ਐਸਐਚਓ ਦੇ ਵੀ ਕਾਰਵਾਈ ਨਹੀਂ ਹੋਈ ਤੇ ਤੁਸੀਂ ਭਾਲਦੇ ਹੋ ਕਾਰਵਾਈਆਂ ਸੁਖਵੀਰ ਬਾਦਲ ਵਰਗਿਆਂ ਤੇ ਮਜੀਠੀਏ ਵਰਗਿਆਂ ਤੇ ਤੇ ਸਮੇਲ ਸੈਣੀ ਵਰਗਿਆਂ ਤੇ ਇੱਕ ਐਸਐਚਓ ਦੇ ਕਾਰਵਾਈ ਨਹੀਂ ਹੋਈ ਪਰ ਜਦੋਂ ਇਹਨਾਂ ਦੇ ਸਿੰਘ ਦੋਸਤੋਂ ਗਾਂਹਾਂ ਤਾਹਲਿਆਂ ਨਾਲ ਫਸ ਜਾਂਦੇ ਆ ਨਾ ਫਿਰ ਇਹਨਾਂ ਤੇ ਕਾਰਵਾਈ ਹੁੰਦੀ ਆ ਵਾਪਰਿਆ ਕੀ ਆ ਇਹ ਅਹਿਮ ਘਟਨਾ ਕੀ ਦੋਸਤੋ ਮੇਨਸਟ੍ਰੀਮ ਮੀਡੀਆ ਨਹੀਂ ਦਿਖਾ ਰਿਹਾ ਪਰ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਉਹ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤਮਾਸ਼ਾ ਜਿਹੜੇ ਲੋਕਾਂ ਨੇ ਥੋੜਾ ਬਣਾਇਆ ਉਹਨਾਂ ਦਾ ਤਮਾਸ਼ਾ ਬਾਨਣਾ ਚਾਹੀਦਾ ਪਰ ਕੱਲੀਆਂ ਤਾੜੀਆਂ ਪਾ ਕੇ ਨਾ ਰਹਿ ਜਾਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਹੁਣ ਹੋਇਆ ਕੀ ਆ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਐਮਐਲਏ ਰਮਨ ਰੋੜਾ ਇੱਕ ਜਲੰਧਰ ਸੈਂਟਰਲ ਤੋਂ ਉਹਦਾ ਪੇਚਾ ਕਿਹਦੇ ਨਾਲ ਪੈਂਦਾ ਡੀਸੀਪੀ ਨਰੇਸ਼ ਡੋਗਰੇ ਨਾਲ ਉਹ ਵੀ ਹੈਂਕੜਿਆ ਬੰਦਾ ਪਰ ਉਹਦੀ ਵੀਡੀਓ ਕੁ ਮੈਂ ਕਿਹੜੀ ਰਿਕਾਰਡਿੰਗ ਆ ਨਾ ਆਡੀਓ ਰਿਕਾਰਡਿੰਗ ਸੁਣਿਓ ਪਹਿਲਾਂ ਐਮਐਲਏ ਨੂੰ ਕਹਿੰਦਾ ਕਿ ਤੂੰ ਦਾ ਕਹਣਾ ਮੇਰੀਆਂ ਲੱਤਾਂ ਕੁੱਟ ਕੇ ਗਿਆ ਸੀ 5 ਦਿਨ ਪਹਿਲਾਂ ਤੂੰ ਐ ਕਰਦਾ ਫਲਾਨਾ ਕਰਦਾ ਉਹਦੀ ਸ਼ਬਦਾਵਲੀ ਦੇਖੋ ਐਮਐਲਏ ਦੀ ਇਹ ਬਦਲਾ ਕਹਿੰਦੇ ਸੀ ਨਾ ਸੀ ਜਿਹੜੇ ਬਦਲਾ ਦੇ ਨਾਤੇ ਵੋਟਾਂ ਪਾਉਣ ਵਾਲੇ ਨੇ ਉਹ ਸਾਰੇ ਭਰਾ ਗੌਰ ਕਰ ਲਿਓ ਤੇ ਜੇ ਅੱਕ ਚੁੱਕੇ ਹੋ ਤਾਂ ਸ਼ੇਅਰ ਕਰ ਦਿਓ ਉਹੀ ਬਦਲਾ ਵਾਲੇ ਕਹਿਣਾ ਮੈਂ ਜਿਹਨਾਂ ਦੇ ਕੀ ਸਭ ਤੋਂ ਵੱਧ ਅੰਦਰ ਅੱਗ ਲੱਗੀ ਹੋ ਉਹ ਪੋਸਟ ਦੇਖਿਓ ਜਿਹੜਾ ਬੰਦਾ ਕੀ ਆ ਬਤਮੀਤ ਜੀ ਨਾਲ ਇੱਕ ਐਮਐਲਏ ਗੱਲ ਕਰ ਰਿਹਾ ਇੱਕ ਡੀਸੀਪੀ ਦੇ ਨਾਲ ਤੇ ਉਸ ਤੋਂ ਬਾਅਦ ਦੋਸਤੋ ਉਸ ਬੰਦੇ ਦਾ ਕਟਾਪਾ ਵੀ ਕੀਤਾ ਗਿਆ ਪੁਲਿਸ ਮੁਲਾਜ਼ਮ ਦਾ ਤੇ ਕੁੱਟ ਕੇ ਉਹਦੇ ਤੇ ਹੀ ਪਰਚਾ ਦਿੱਤਾ ਗਿਆ ਤੇ ਪੁਲਿਸ ਮੁਲਾਜ਼ਮ ਕੋਲੇ ਖੜ ਕੇ ਆਪਦੇ ਡੀਸੀਪੀ ਨੂੰ ਕਟਾਉਂਦੇ ਆ ਉਸੇ ਦੀ ਪਰਚਾ ਦੰਦਿਆ ਬੜੀ ਬੇਸ਼ਰਮੀ ਨਾਲ ਦੱਸਦੇ ਆ ਪਹਿਲਾਂ ਕਿ 159 ਦੀ ਮਾ ਕੇ 159 ਨੰਬਰ ਐਫ ਆਈ ਆਰ ਦਰਜ ਹੋ ਗਈ ਜੀ ਉਹਦੇ ਤੇ ਜਾਤੀ ਸੂਚਕ ਅੰਕ ਮਾ ਕੇ ਵਰਤਨ ਦੇ ਜਿਹੜੇ ਸ਼ਬਦ ਨੇ ਉਹ ਤੇ 307 ਦਾ ਪਰਚਾ ਦਰਜ ਕੀਤਾ ਜਾਂਦਾ ਛੱਟਾਂ ਵੀ ਉਹਦੇ ਲੱਗੀਆਂ ਸੀ ਪਰ ਉਸ ਤੋਂ ਬਾਅਦ ਬੜੀ ਛੇਤੀ ਮਾਮਲਾ ਨਿਪਟ ਗਿਆ ਪਰ ਜੇ ਕੀ ਆ ਅਸੀਂ ਕੀ ਕਹਨੇ ਆ ਕਿ ਮਾਮਲਾ ਤਾਂ ਨਿਬੜ ਗਿਆ ਤੇ ਇੱਕ ਪਹਿਲਾ ਵਾਲਾ ਮਾਮਲਾ ਵੀ ਨਿਬੜ ਗਿਆ ਪਰ ਇਹ ਨਿਬੜਨੇ ਨਹੀਂ ਚਾਹੀਦੇ ਸੀ ਅਸੀਂ ਵੀ ਦੋ ਦਿਨ ਗੱਲਾਂ ਬਾਤਾਂ ਕਰਕੇ ਉਹਨਾਂ ਗੱਲਾਂ ਦੇ ਚੁੱਪ ਕਰ ਗਏ ਪਰ ਅਸੀਂ ਇਹ ਗੱਲਾਂ ਨੂੰ ਦੋਸਤੋ ਕਰਦੇ ਰਹਾਂਗੇ ਬਾਰੀ-ਬਾਰੀ ਬਸ ਤੀਸ਼ ਕੁਮਾਰ ਦੀ ਜਿਹੜੀ ਗੱਲ ਕੀਤੀ ਆ ਉਸਦੇ ਦੋਸਤੋ 437 ਨੋੜਕ ਚਿੱਠੀ ਲਿਖ ਕੇ ਗਿਆ ਯਾਰ ਸਰਕਾਰ ਤੇ ਪੁਲਿਸ ਅੰਨੀ ਵੀ ਹੋਗੀ ਤੇ ਬੋਲੀ ਵੀ ਹੋਗੀ ਉਹ ਬੰਦਾ ਬੋਲ ਕੇ ਵੀ ਦੱਸ ਕੇ ਗਿਆ ਕਿ ਮੈਂ ਕਿਉਂ ਮਰਨ ਲੱਗਿਆ ਹੁਸ਼ਿਆਰਪੁਰ ਤੋਂ ਹਰਿਆਣੇ ਥਾਣੇ ਜਿਹੜਾ ਲੱਗਿਆ ਹੋਇਆ ਸੀ ਤੇ ਉਸ ਤੋਂ ਬਿਨਾ ਇੱਕ ਸੁਸਾਈਡ ਨੋਟ ਲਿਖ ਕੇ ਗਿਆ ਤੇ ਉਹਦੇ ਘਰ ਵਾਲੀ ਦੇ 174 ਦੀ ਕਾਰਵਾਈ ਕਰਕੇ ਘਰ ਵਾਲੀ ਤੋਂ ਲਖਾ ਲਿਆ ਗਿਆ ਕਿ ਮੇਰੇ ਘਰ ਵਾਲੇ ਤੋਂ ਸਰਵਿਸਰ ਬਾਲਵਰ ਠੀਕ ਕਰਦੇ ਤੋਂ ਗੋਲੀ ਚੱਲ ਗਈ ਜੀ ਉਹਦੀ ਤਾਂ ਮੌਤ ਹੋ ਗਈ ਤੇ ਅਸੀਂ ਕਿਉਂਕਿ ਸਾਨੂੰ ਤਾਂ ਕੀ ਦੋ ਦਿਨ ਦਾ ਸਵਾਦ ਲੈਣ ਦੀ ਆਤ ਪਈ ਆਈ ਤਾਂ ਉੱਥੇ ਗੱਲ ਕੀ ਆ ਬੰਦ ਕਰਤੀ ਆ ਤੇ ਫਿਰ ਇਹ ਦੇਖੋ ਜੇ ਪੁਲਿਸ ਮੁਲਾਜ਼ਮ ਨੂੰ ਇਨਸਾਫ ਨਹੀਂ ਨਾ ਮਿਲਿਆ ਉਹਦੇ ਪਰਿਵਾਰ ਨੂੰ ਦੱਬ ਕੇ ਦਬਾ ਦਿੱਤਾ ਗਿਆ ਫਿਰ ਥੋੜੀ ਕੌਣ ਪੁੱਛੂਗਾ ਹੁਣ ਇਹ ਗੱਲ ਸਮਝਿਓ ਜੇ ਇੱਕ ਡੀਸੀਪੀ ਦੀ ਈਕਾਤ ਨਹੀਂ ਕਐਮਐਲਏ ਨੂੰ ਸਵਾਲ ਕਰਨ ਦੀ ਮੂਰੇ ਗੱਲ ਕਰਨ ਦੀ ਪਰ ਥੋੜੀ ਕੀ ਕਹਾਤਾ ਸੋਚ ਕੇ ਦੇਖਿਓ ਜਿਹੜੇ ਪੁਲਿਸ ਨੇ ਤੁਹਾਡੀ ਮਦਦ ਕਰਨੀਆਂ ਤੁਹਾਡੀ ਸੁਰੱਖਿਆ ਕਰਨੀਆਂ ਪਰ ਪੁਲਿਸ ਵਾਲਾ ਨੂੰ ਕੁੱਤੇ ਬਣਾਇਆ ਵੈ ਕੁੱਤੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਸ਼ਿਕਾਰੀ ਕੁੱਤੇ ਜਿਵੇਂ ਕਿਉਂਕਿ ਅੰਗਰੇਜ਼ਾਂ ਨੇ ਪੁਲਿਸ ਨੂੰ ਦੋਸਤੋ ਸ਼ਿਕਾਰੀ ਕੁੱਤੇ ਆਂਗੂ ਵਰਤਿਆ ਇਸ ਦੇ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਸੀ ਨਾ ਕੋਈ ਮੰਨ ਲੋ ਆਜ਼ਾਦੀ ਮਾ ਕੇ ਕਲਾਟੇ ਸੀਗੇ ਜਾਂ ਕ੍ਰਾਂਤੀਕਾਰੀ ਲੋਕ ਸੀ ਉਹਨਾਂ ਤੇ ਪੁਲਿਸ ਨੂੰ ਛੱਡਿਆ ਜਾਂਦਾ ਸੀ ਸਾਡੀ ਆਪਦੇ ਹੁੰਦੇ ਸੀ ਉਹ ਠੀਕ ਹੈ ਤੇ ਉਹਨਾਂ ਨੂੰ ਛੱਡਿਆ ਜਾਂਦਾ ਸੀ ਤੇ ਹੁਣ ਜਿਹੜੀ ਪੁਲਿਸ ਮੁਲਾਜ਼ਮਾਂ ਕਿਉਂਕਿ ਅੱਜ ਵੀ ਪੁਲਿਸ ਦੇ ਰੂਲਸ ਉਹੀ ਚੱਲੇ ਆਉਂਦੇ ਆ ਜਿਹੜੇ ਅੰਗਰੇਜ਼ਾਂ ਨੇ ਬਣਾਏ ਸੀ ਤੇ ਅੱਜ ਵੀ ਪੁਲਿਸ ਨੂੰ ਇਹ ਜਿਹੜੇ ਅਧਿਕਾਰੀ ਨੇ ਜਿਹੜੇ ਰਾਜ ਕਰਨ ਵਾਲੀ ਸ਼ਰੇਣੀ ਹੈ ਨਾ ਜਿਹੜੇ ਲੀਡਰ ਲੋਕ ਨੇ ਨਾ ਦਾ ਲੋਕਤੰਤਰ ਆ ਉਹ ਕੁੱਤੇ ਵਾਂਗੂ ਵਰਤਦੇ ਆ ਪਹਿਲਾਂ ਤਾਂ ਉਹਨੂੰ ਭੁੱਖੇ ਰੱਖਿਆ ਨਾ ਕਰੇ ਸ਼ਿਕਾਰੀ ਕੁੱਤੇ ਉਹਨਾਂ ਨੂੰ ਭੁੱਖੇ ਰੱਖਿਆ ਜਾਂਦਾ ਸੀ ਨਾਦਰ ਉਹਨੂੰ ਦਫ਼ਤਰ ਦਾ ਖਰਚਾ ਨਾ ਉਹਨਾਂ ਨੂੰ ਕੋਰਟਾਂ 'ਚ ਜਾਣ ਦਾ ਖਰਚਾ ਉੱਥੇ ਜਾ ਕੇ ਜਿਹੜੇ ਵਕੀਲ ਤੇ ਦੂਜੇ ਪੈਸੇ ਭਾਲਦੇ ਆ ਨਾ ਡੱਕਾ ਨਹੀਂ ਦਿੱਤਾ ਜਾਂਦਾ ਪੁਲਿਸ ਮੁਲਾਜ਼ਮਾਂ ਤਨਖਾਹ ਤੋਂ ਦੋਸਤੋ ਕੋਈ ਘਰੋਂ ਨਹੀਂ ਖਰਚ ਕਰਦਾ ਜਦੋਂ ਖਰਚ ਪੂਰਾ ਕਰਨ ਦੇ ਮਾਰੇ ਉਹ 200 ਰੁਪਏ ਲੈਂਦੇ ਆ ਤੇ ਕੇਰਾਂ ਜਦੋਂ ਜਮੀਰ ਮਰ ਜਾਂਦਾ ਫੇਰ ਅਗਲੇ ਦੀ ਭੁੱਖ ਵੱਧਦੀ ਤੁਰ ਹੀ ਜਾਂਦੀ ਆ ਤੇ ਇਸੇ ਚੀਜ਼ ਦੇ ਗਰਕਣ ਕਰਕੇ ਕੀ ਆ ਦਲਦਲ ਦੇ ਵਿੱਚ ਫਸੇ ਪੁਲਸ ਅੱਜ ਇੰਨੀ ਕੁ ਬਦਨਾਮ ਹੋ ਗਈ ਤੇ ਅੱਜ ਐਨੇ ਗੋਡੇ ਟੇਕੀ ਅੱਜ ਸੁਸਾਈਡ ਕਰ ਰਹੇ ਆ ਸਭ ਤੋਂ ਵੱਧ ਫ੍ਰਸਟ੍ਰੇਸ਼ਨ ਦੇ ਵਿੱਚ ਅੱਜ ਦੇਖਿਆ ਜਾਵੇ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਮੇਨ ਮਹਿਕਮਾ ਪੁਲਸ ਮੁਲਾਜ਼ਮਾਂ ਦੇ ਸਭ ਤੋਂ ਵੱਧ ਫ੍ਰਸਟ੍ਰੇਸ਼ਨ ਦੇ ਵਿੱਚ ਨੇ ਸੁਸਾਈਡ ਕਰਨੇ ਸ਼ੁਰੂ ਕਰ ਦਿੱਤੇ ਗਏ ਇੱਕਦਾਂ ਨਹੀਂ ਹੋਇਆ ਬਹੁਤ ਕੁਝ ਹੋ ਰਿਹਾ ਇਹਨਾਂ ਦੇ ਜਵਾਕਾਂ ਦਾ ਘਰ ਨੂੰ ਟਾਈਮ ਦੇ ਸਕਦੇ ਆ ਸਭ ਤੋਂ ਵੱਧ ਜਵਾਕ ਅੱਜ ਪੁਲਿਸ ਵਾਲਿਆਂ ਦੇ ਚਿੱਟੇ ਤੇ ਲੱਗ ਰਹੇ ਆ ਮਾਨਸਾ ਦੇ ਵਿੱਚ ਇੱਕ ਕਲੋਨੀ ਹੈ ਜਿੱਥੇ ਚਾਰ ਪੰਜ ਜਵਾਕ ਪਿੱਛੇ ਜੇ ਸਾਲ ਡੇਢ ਸਾਲ ਦੇ ਵਿੱਚ ਚਾਰੇ ਉਸੇ ਕਲੋਨੀ ਦੇ ਵਿੱਚੋਂ ਇੱਕ ਗਲੀ ਦੇ ਵਿੱਚੋਂ ਤਿੰਨ ਚਾਰ ਜਵਾਕ ਤਾਂ ਕੀ ਆ ਉਸੇ ਜਿਹੜੇ ਇਕੱਠੇ ਪਿੱਛੇ ਜੇ ਡੈਥ ਹੋਈ ਹੈ 15 20 ਦਿਨਾਂ ਦੇ ਵਕਫੇ ਦੇ ਨਾਲ ਤੇ ਪੁੱਤ ਇਹਨਾਂ ਦੇ ਮਰਨ ਲੱਗੇ ਤੇ ਸਭ ਤੋਂ ਵੱਧ ਮੈਂ ਕਿਹੜਾ ਅੱਜ ਉੱਠਣਾ ਵੀ ਪੁਲਿਸ ਮੁਲਾਜ਼ਮਾਂ ਨੂੰ ਵੀ ਪਊਗਾ ਇਹ ਹੁਣ ਕੀ ਆ ਮੈਂ ਤਾਂ ਇੱਕ ਸੋਚ-ਸੋਚ ਕੇ ਹੈਰਾਨ ਆ ਕਿ ਸਾਨੂੰ ਇਹ ਫਾਇਦਾ ਕਰਨ ਵਾਲਿਆਂ ਦੀ ਫਾਇਦਾ ਕੌਣ ਕਰੂਗਾ ਰੋਲਾ ਤਾਂ ਇਹ ਆ ਹੁਣ ਰੋਲਾ ਵੀ ਮੇਨਸਟ੍ਰੀਮ ਮੀਡੀਆ ਨੇ ਵੀ ਕੀ ਸ਼ਰਮ ਲਾ ਰੱਖੀਆ ਦੋਸਤੋ ਇਹ ਵੀ ਵਿਖ ਕੇ ਗੋਡੇ ਟੇਕ ਰੱਖਿਆ ਇਸ ਨਿਊਜ਼ ਨੂੰ ਕਿੰਨੇ ਕੁ ਲੋਕਾਂ ਨੇ ਦਿਖਾਇਆ ਜਿਹੜਾ ਐਮ.ਐਲ.ਏ. ਰਮਨ ਰੋੜਾ ਦਾ ਤੇ ਨਰੀਸ਼ ਚੋਕਰੇ ਦਾ ਰੋਲਾ ਬਹੁਤ ਘੱਟ ਮੀਡੀਆ ਨੇ ਦਿਖਾਇਆ ਤੇ ਜਿੰਨੇ ਕੁ ਵਿਊ ਸ਼ਿਪ ਹੈਗੀ ਆ ਬਹੁਤ ਥੋੜੀ ਆ ਕੋਈ ਸ਼ੇਅਰ ਕਰਨ ਨੂੰ ਤਿਆਰ ਨਹੀਂ ਮੇਰੇ ਖਿਆਲ ਚ ਤੁਹਾਡੇ ਚੋ ਵੀ ਬਹੁਤੇ ਬੰਦੇ ਸਵਾਦ ਲੈ ਕੇ ਛੱਡਣ ਆਲੇ ਪਰ ਮੈਂ ਕਹਣਾ ਵੀ ਇਹ ਮਸਲਿਆਂ ਨੂੰ ਇੱਕ ਵਾਰੀ ਨਹੀਂ ਬਾਰ ਬਾਰ ਠਾਵਾਵਾਂਗੇ ਹੁਣ ਕਈ ਕਹਿ ਦਿੰਦੇ ਆ ਕਿ ਮੈਂ ਕਿ ਤੁਹਾਨੂੰ ਕੌਣ ਪੁੱਛਦਾ ਸਾਨੂੰ ਕੋਈ ਨਾ ਪੁੱਛੋ ਉਹਨਾਂ ਨੂੰ ਤਾਂ ਪੁੱਛ ਲਓ ਜਿਹੜੇ ਚੁਣੇ ਆ ਉਹਨਾਂ ਨੂੰ ਸਵਾਲ ਕਰਨੇ ਬਣਦੇ ਆ ਇਸੇ ਕਰਕੇ ਤੁਹਾਨੂੰ ਬੇਨਤੀ ਕਰਦਾ ਸਵਾਲ ਜ਼ਰੂਰ ਕਰਿਓ ਤੇ ਮੈਂ ਗੱਲ ਕਰਦਾ ਜੀ ਭੁੱਖੇ ਰੱਖਣ ਦੀ ਪੁਲਿਸ ਡਿਪਾਰਟਮੈਂਟ ਨੂੰ ਖਰਚਾ ਕੋਈ ਨਹੀਂ ਦਿੱਤਾ ਜਾਂਦਾ ਤੇ ਜਿੰਨੇ ਖਰਚੇ ਉਹਨਾਂ ਤੋਂ ਵਸੂਲੇ ਜਾਂਦੇ ਆ ਜਿਹੜਾ ਕੁਝ ਲਿਆ ਜਾਂਦਾ ਉਹਦੇ ਏਜ ਦੇ ਵਿੱਚ ਜਦੋਂ ਥੋੜਾ ਜਿਹਾ ਜ਼ਮੀਰ ਤੋਂ ਗਿਰ ਜਾਂਦੇ ਆ ਤਾਂ ਉਸ ਤੋਂ ਬਾਅਦ ਦੋਸਤੋ ਚੋਰੀ ਲੱਖ ਦੀ ਵੀ ਤੇ ਚੋਰੀ ਕੱਕ ਦੀ ਫਿਰ ਅਗਲਾ ਉਸੇ ਰਾਹ ਤੇ ਦੁਰ ਪੈਂਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਵਿੱਚੋਂ ਯੂਥ ਕਲੱਬ ਕਿਵੇਂ ਖਤਮ ਕੀਤੇ ਗਏ ਆ ਕਿਉਂਕਿ ਪਿੰਡਾਂ ਦੇ ਵਿੱਚ ਬੋਲਣ ਵਾਲੇ ਬੰਦੇ ਨੂੰ ਕਲੱਬ ਦਾ ਪ੍ਰਧਾਨ ਲਾ ਦਿੱਤਾ ਜਾਂਦਾ ਸੀ ਤੇ ਉਸੇ ਕਲੱਬ ਪ੍ਰਧਾਨ ਨੂੰ ਮਹਿਕਮਿਆਂ ਵੱਲੋਂ 7 ਦੇ 10000 ਦਾ ਚੈੱਕ ਦੇ ਕੇ ਕਹਿੰਦੇ ਸੀ ਬਿੱਲ ਲਿਆ ਦੇ ਜਾਲੀ ਬਿੱਲ ਪਾ ਕੇ ਮੈਂ ਕਹਿੰਦਾ ਵੀ ਵਿੱਚੋਂ 4000 ਆਪ ਵੀ ਛੱਕ ਜਾਂਦੇ ਸੀ 6000 ਦੇ ਜਾਲੀ ਬਿੱਲ ਪਾ ਕੇ ਉਹਦਾ ਇਹ ਜਿਹਾ ਜਮੀਰ ਮਾਰਦੇ ਸੀ ਕਿ ਬੋਲਣ ਵਾਲੀ ਉਹ ਜਮਾਤ ਹੀ ਖਤਮ ਕਰਤੀ ਜਿਹੜੇ ਪਿੰਡਾਂ 'ਚ ਯੂਥ ਨੇ ਉੱਠਣਾ ਸੀ ਅੱਜ ਪਿੰਡਾਂ 'ਚ ਕਲੱਬ ਕਿਹੜੇ ਰਹਿ ਗਏ ਆਪਾਂ ਸਾਰੇ ਜਾਣਦੇ ਆ ਅੱਗੇ ਪਿੰਡ ਦਾ ਕਲੱਬ ਹੁੰਦਾ ਸੀ ਉਹਨਾਂ ਅਕਾਲੀ ਕਾਂਗਰਸਾਂ ਤੇ ਆਪ ਵਾਲਿਆਂ ਦੇ ਕਲੱਬ ਹੀ ਰਹਿ ਗਏ ਇਸੇ ਕਰਕੇ ਬੇਨਤੀ ਕਰਦਾ ਕਿ ਇਸ ਗੱਲ ਤੇ ਗੌਰ ਕਰਿਓ ਹੁਣ ਰੌਲਾ ਦੋਨਾਂ ਦਾ ਕੀ ਸੀ ਐਮਐਲਏ ਦਾ ਤੇ ਉਹਦਾ ਗੌਰ ਕਰ ਲਿਓ ਸ਼ਾਸਤਰੀ ਮਾਰਕੀਟ ਦੇ ਵਿੱਚ ਇੱਕ ਦੁਕਾਨਦਾਰ ਰੌਲਾ ਸੀ ਤੇ ਉਹ ਜਿਹੜਾ ਪੁਲਿਸ ਮੁਲਾਜ਼ਮ ਕੋ ਭਲਾ ਮਾਨਸ ਨਹੀਂ ਮੈਂ ਕਹਣਾ ਉਸ ਵੱਲੋਂ ਵੀ ਡੋਗਰੇ ਵੱਲੋਂ ਵੀ ਪਹਿਲਾਂ ਇੱਕ ਹੋਟਲ ਮਾ ਕੇ ਦੱਬਿਆ ਗਿਆ ਜਿਹਦਾ ਪਰਚਾ ਵੀ ਦਰਜ ਹੋ ਤੇ ਹੁਸ਼ਿਆਰਪੁਰ ਦੇ ਵਿੱਚ ਤੇ ਸ਼ਾਸਤਰੀ ਮਾਰਕੀਟ ਦੇ ਵਿੱਚ ਦੋਸਤੋ ਜਦੋਂ ਰੌਲਾ ਪੈਣਾ ਜਲੰਧਰ ਦੀ ਸ਼ਾਸਤਰੀ ਮਾਰਕੀਟ ਦਾ ਰੌਲਾ ਇਹ ਜਲੰਧਰ ਦੇ ਵਿੱਚ ਹੁਣ ਡੀਸੀਪੀ ਸਾਹਿਬ ਲੱਗੇ ਹੋਏ ਸੀ ਤੇ ਉੱਥੇ ਕਹਿੰਦਾ ਵੀ ਮੇਰੇ ਭਾਣਜੇ ਦੀ ਦੁਕਾਨ ਤੇ ਐਮਐਲਏ ਨਾਲ ਜਿਹੜੀ ਤੂਤੂ ਮਮੇ ਹੋਈ ਹੈ ਨਾ YouTube ਤੇ ਭਰ ਕੇ ਦੇਖ ਲਿਓ ਤੁਸੀਂ ਰਮਨ ਅਰ ਗੂਗਲ 'ਚ ਸਰਚ ਕਰੋਗੇ ਨਾਲ ਦੀ ਨਾਲ ਨਿਕਲ ਆਉਣਾ ਉਹਨੂੰ ਇਹੋ ਜੀ ਵਾਹੀਆ ਬੋਲਿਆ ਗਿਆ ਹੁਣ ਕਈ ਲੋਕਾਂ ਨੇ ਦਿਖਾਇਆ ਕਿ ਆ ਵੀ ਐਮਐਲਏ ਨਾਲ ੱਤਕਾ ਹੋ ਗਿਆ ਖੋਰੇ ਪਰ ਪਹਿਲਾਂ ਗੱਲਬਾਤ ਸੁਣਿਓ ਮਸਲਾ ਸਮਝਿਓ ਤੇ ਉਸ ਤੋਂ ਬਾਅਦ ਕੀ ਆ ਡੀਸੀਪੀ ਨੂੰ ਪੁਲਿਸ ਕਿਵੇਂ ਕੱਢ ਕੇ ਲੈ ਕੇ ਗਈ ਆ ਬਚਾ ਕੇ ਉਹਦੇ ਬੱਖੀਆਂ ਭੰਨਦਿਆਂ ਮਾਰ ਮਾਰ ਕੇ 7-8 ਕੀਏ ਬਹੁਤ ਸੀਰੀਅਸ ਜ਼ਖਮ ਵੀ ਹੈਗੇ ਆ ਉਹਦੇ ਠੀਕ ਹੈ ਪਰ ਪਰਚਾ ਦਰਜ ਨਹੀਂ ਹੋਇਆ ਸਮਝੌਤਾ ਹੋ ਗਿਆ ਤੇ ਜੇ ਪੁਲਿਸ ਵਾਲੇ ਛੇਤਰ ਖਾ ਕੇ ਸਮਝੌਤੇ ਕਰਨ ਲੱਗੇ ਠੀਕ ਹੈ ਤੇ ਪਹਿਲਾ ਜਿਹੜੇ ਵੀਰ ਦੀ ਮੌਤ ਹੋਈ ਆ ਅਸ਼ਤੀਸ਼ ਕੁਮਾਰ ਦੀ ਉਹ ਆਪ ਕੀ ਐ ਫੇਰ ਮਾਰ ਕੇ ਮਰਿਆ ਜਿਹੜਾ ਦੱਸ ਵੀ ਰਿਹਾ ਮੈਂ ਕਿਉਂ ਮਰਦਾ ਬੋਲ ਕੇ ਵੀ ਦੱਸ ਗਿਆ ਲਿਖ ਕੇ ਵੀ ਦੱਸ ਗਿਆ ਤੇ ਉਹਦਾ ਵੀ ਕਤਲ ਵਿੱਚ ਹੀ ਦੱਬ ਦਿੱਤਾ ਗਿਆ ਯਾਰ ਤੇ ਕਾਰਵਾਈ ਕੀ ਹੋਈ 174 ਦੀ ਕਾਰਵਾਈ ਹੋਈ ਆ ਉਹ ਪੁਲਿਸ ਮੁਲਾਜ਼ਮਾਂ ਦੇ ਮੂੰਹ ਤੇ ਵੀ ਚਪੇੜਾ ਇਹੋ ਜੀ ਪੁਲਿਸ ਸਾਡੀ ਕੀ ਇਫਾਜ਼ਤ ਕਰੂ ਜਿਹੜੇ ਆਪਦੀ ਇਫਾਜ਼ਤ ਨਹੀਂ ਕਰ ਸਕਦੇ ਜੇ ਤਾਂ ਇਹਨਾਂ ਤੋਂ ਆਸ ਆ ਦੋਸਤੋ ਫਿਰ ਤਾਂ ਚੁੱਪ ਕਰਕੇ ਬੈਠੋ ਨੀ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰਿਓ ਲਾਂਟਾਂ ਜ਼ਰੂਰ ਪਾਓ ਕਮੈਂਟ ਜ਼ਰੂਰ ਕਰਿਓ ਤਾਂ ਕਿ ਦੱਸ ਸਕੀਏ ਕਈ ਵੀਰ ਲਿਖਦੇ ਆ ਫੇਸਬੁੱਕ ਹੀ ਵਿਦਵਾਨ ਦੀ ਗੱਲ ਕੀਤੀ ਆ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਜੇ ਕਿਸੇ ਭਰਾ ਨੇ ਕੋਈ ਸੰਘਰਸ਼ ਦੇ ਵਿੱਚ ਕੋਈ ਹੈਗਾ ਨਾ ਕੱਲਾ ਫੇਸਬੁੱਕ ਵਾਲਾ ਜੇ ਨਹੀਂ ਹੈਗਾ ਤੁਹਾਡੇ ਚੋਂ ਵੀ ਜਿਹੜਾ ਵਿਦਵਾਨ ਲਿਖਦਾ ਉਹ ਪਰਸੋਂ ਆਜੋ 25 ਤਰੀਕ ਨੂੰ ਕੱਠ ਰੱਖਿਆ ਹੋਇਆ ਰਾਮਪੁਰੇ ਦੇ ਵਿੱਚ ਉੱਥੇ ਇੱਕ ਕਾਲਜ ਬੰਦ ਕਰਨ ਜਾ ਰਹੇ ਆ ਇੰਜੀਨੀਅਰਿੰਗ ਕਾਲਜ ਖੋਲਿਆ ਸੀ ਰਾਜੇ ਮਾਕੇ ਅਮਰਿੰਦਰ ਸਿੰਘ ਦੇ ਵੇਲੇ ਖੋਲਿਆ ਗਿਆ ਸੀ ਮਹਰਾਜ ਪਿੰਡ ਦੇ ਲੋਕਾਂ ਨੇ ਜ਼ਮੀਨ ਦਿੱਤੀ ਸੀ ਰਾਜੇ ਦਾ ਪਿੰਡ ਆ ਤੇ ਰਾਜੇ ਦੇ ਪਿੰਡ ਦੇ ਲੋਕਾਂ ਨੇ ਟਾਈਮ ਬੰਨਿਆ ਵਿਆ ਅਸੀਂ ਵੀ ਪਹੁੰਚਾਂਗੇ ਉੱਥੇ ਕੱਲਾ ਨਹੀਂ ਦੋਸਤੋ ਜਿੱਥੇ ਵੀ ਮਸਲਾ ਹੁੰਦਾ ਜਿੱਥੇ ਸ਼ਮੂਲੀਅਤ ਕਰ ਸਕਦੇ ਆ ਸਾਥ ਦੇ ਸਕਦੇ ਆ ਪਹੁੰਚਦੇ ਆ ਕੱਲਾ ਫੇਸਬੁੱਕ ਤੇ ਬੋਲ ਕੇ ਜਾਂ ਕਮੈਂਟ ਤੇ ਉਹੀ ਨਹੀਂ ਕਰਦੇ ਤੁਹਾਡੇ ਵਾਂਗੂ ਜਿਹੜੇ ਭਰਾ ਵਿੱਚ ਬੋਲਦੇ ਆ ਨਾ ਫੇਸਬੁੱਕ ਕੀ ਵਿਦਵਾਨ ਉਹ ਕਿਤੇ ਟੱਕਰ ਲਿਓ ਮੈਂ ਕਹਿੰਦਾ ਵੀ ਜਿੱਥੇ ਵੀ ਕੋਈ ਸਾਂਝਾ ਮਸਲਾ ਹੁੰਦਾ ਨਾ ਉੱਥੇ ਆਵਾਜ਼ ਦੇ ਕੇ ਦੇਖ ਲਿਓ ਜੇ ਨਾ ਪਹੁੰਚੇ ਫੇਰ ਕਿਹੋ ਤੇ ਜਿੱਥੇ ਕੀ ਆ ਹੁੰਦਾ ਕੋਈ ਨਾ ਕੋਈ ਮਸਲਾ ਹਰ ਜਗ੍ਹਾ ਤੇ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਤੇ ਤੁਹਾਨੂੰ ਸੱਦਾ ਦਿੰਨਾ ਸਾਰਿਆਂ ਨੂੰ ਖਾਸ ਕਰਕੇ ਮਹਾਰਾਜੇਰੀ ਵਾਲੇ ਭਰਾਵਾਂ ਨੂੰ ਕਿਉਂਕਿ ਰਾਜੇ ਦੇ ਪਿੰਡ ਦੇ ਲੋਕਾਂ ਦੀ ਨਸਲ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਉਹਨਾਂ ਨੂੰ ਮਾਰ ਕਿਉਂ ਪੈ ਰਹੀ ਹੈ ਮੈਨੂੰ ਐਂ ਲੱਗਦਾ ਕਿ ਰਾਜੇ ਦਾ ਪਿੰਡ ਹੋਣ ਕਰਕੇ ਤੇ ਰਾਜੇ ਨੇ ਡੱਕਾ ਸਵਾਰਿਆ ਨਹੀਂ ਸਰਕਾਰ ਉਹਦੀ ਰਹਿ ਗਈ ਐਮ ਐਲ ਏ ਉਹਦਾ ਰਹਿ ਗਿਆ ਉੱਥੇ ਕੰਗੜ ਡੱਕਾ ਨਹੀਂ ਸਵਾਰਿਆ ਸਾਰੇ ਪਿੰਡ ਦਾ ਨਾਸ ਮਾਰ ਰਿਹਾ ਕਿ ਪਿੱਛੇ ਜੇ ਸਾਰਾ ਪਿੰਡ ਆ ਕੇ ਸੜਕ ਤੇ ਬਹਿ ਕੇ ਸੀ ਬਾਈ ਮੰਨੇ ਵਰਗਿਆਂ ਨੇ ਗਵਾਹੀ ਕੀਤੀ ਸੀ ਉਦੋਂ ਸਾਰਾ ਪਿੰਡ ਕਹਿੰਦਾ ਸੀ ਸੂਰਾਰਗੀ ਜ਼ਿੰਦਗੀ ਜਿਉ ਰਹੇ ਆ ਰਾਜੇ ਦੇ ਪਿੰਡ ਦੇ ਲੋਕ ਨੇ ਪਹਿਲੀ ਗੱਲ ਤਾਂ ਸਭ ਤੋਂ ਵੱਡਾ ਪੰਜਾਬ ਦਾ ਪਿੰਡ ਆ ਮਹਾਰਾਜ ਪਿੰਡ ਤੇ ਉਸ ਪਿੰਡ ਦਾ ਕੀ ਆ ਪਹਿਲੀ ਗੱਲ ਵੈਸੀ ਮੈਂ ਕਹਣਾ ਨਮੂਨੇ ਦਾ ਹੋਣਾ ਚਾਹੀਦਾ ਸੀ ਤੇ ਸਭ ਤੋਂ ਵੱਧ ਗੰਦ ਮੇਰੇ ਖਿਆਲ ਪੰਜਾਬ ਦਾ ਸਭ ਤੋਂ ਗੱਦਾ ਗੰਦਾ ਪਿੰਡ ਬਣਿਆ ਹੋਇਆ ਮਹਾਰਾਜ ਤੇ ਅੱਜ ਕੀ ਕੀਤਾ ਜਾ ਰਿਹਾ ਅਜ ਨਸਲ ਨੂੰ ਹੋਰ ਤਬਾਹ ਕਰਨ ਵਾਸਤੇ ਉੱਥੇ ਇੱਕ ਕਾਲਜ ਸੀ ਜਿਹੜਾ ਉਹ ਕਾਲਜ ਇੰਜੀਨੀਅਰਿੰਗ ਕਾਲਜ ਖੋਲਿਆ ਸੀ ਉਹ ਬੰਦ ਕੀਤਾ ਜਾ ਰਿਹਾ ਬੰਦ ਕੀ ਬੰਦ ਕਰ ਦਿੱਤਾ ਗਿਆ ਉਹਦੇ ਬਾਬਤ ਉਹਥੇ ਦੋਸਤੋ ਸੰਘਰਸ਼ ਵਿਢਣ ਖਾਤਰ ਕਿਸਾਨ ਜਥੇਬੰਦੀਆਂ ਹੋਰ ਇਲਾਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ ਜਿਹੜੇ ਕੱਲੀਆਂ ਗੱਲਾਂ ਕਰਦੇ ਆ ਨਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਪਰਸੋਂ ਆਜੋ 10 ਵਜੇ ਟੀਪੀਡੀ ਕਾਲਜ ਜਿਹੜਾ ਹੈਗਾ ਉੱਥੇ ਨੇਬਰਹੂਡ ਕੈਂਪਸ ਆ ਉਹ ਵੀ ਫੂਲਪਿੰਡ ਵਾਲੀ ਰੋਡ ਤੇ ਆ ਫੂਲ ਦੇ ਪਿੰਡ ਦੇ ਕੋਲੇ ਆ ਉਸ ਮੈਂ ਕਾਲਜ ਦੇ ਵਿੱਚ ਸਹੀ 10 ਵਜੇ ਵੱਧ ਤੋਂ ਵੱਧ ਭਰਾ ਪਹੁੰਚਿਓ ਜਰੂਰ ਤਾਂ ਆ ਕੇ ਸੰਘਰਸ਼ ਕਰਕੇ ਜਿਹੜੇ ਬਾਹਰ ਜਾ ਕੇ ਗੱਲ ਕਰਦੇ ਸੀ ਨਾ ਵੀ ਇਹ ਸਾਡੇ ਜੋ ਆਕ ਬਾਹਰ ਜਾਂਦੇ ਆ ਜੀ ਫਲਾਣਾ ਕਰਦੇ ਆ ਜੀ ਐ ਕਰਦੇ ਆ ਜੀ ਅੱਜ ਵੀ ਪੀਯੂ ਚ ਚੁਟਕਲੇ ਹੀ ਸੁਣੇ ਹੋਣਗੇ ਸਾਰਿਆਂ ਨੇ ਕੁਝ ਕਰਨ ਦੀ ਗੱਲ ਨਹੀਂ ਸੁਣੀ ਚੁਟਕਲੇ ਸੁਣਾ ਕੇ ਸਾਰੀਆਂ ਗੱਲਾਂ ਕੀਤੀਆਂ ਕਿ ਆ ਕਰਨਾ ਚਾਹੀਦਾ ਆ ਕਰਨਾ ਚਾਹੀਦਾ ਇਹੀ ਗੱਲਾਂ ਤਾਂ ਕੀ ਮੈਂ ਕਹਣਾ ਆਪੋਜੀਸ਼ਨ ਵੇਲੇ ਵੀ ਕਰਦੇ ਸੀ ਅੱਜ ਤਾਂ ਰਿਜ਼ਲਟ ਚਾਹੀਦਾ ਤੇ ਰਿਜਲਟ ਦੇ ਨਾਂ ਤੇ ਕੀਤਾ ਕੀ ਜਾ ਰਿਹਾ ਕਾਲਜ ਬੰਦ ਕੀਤਾ ਜਾ ਰਿਹਾ ਉਥੇ ਵੀ ਸੀ ਆ ਕੇ ਬੇਸ਼ਰਮੀ ਨਾਲ ਕਹਦਾ ਚੰਗਾ ਜਵਾਕ ਲਿਆ ਕੇ ਦਿਓ ਤੇ ਮੈਂ ਕਿਹੜਾ ਵੀ ਜਵਾਕ ਜੇ ਅਸੀਂ ਲਿਆ ਕੇ ਦੇਣਾ ਅਸੀਂ ਤਾਂ ਜਵਾਕ ਪੜਾਉਣ ਨੂੰ ਕਹਨੇ ਆ ਉਥੇ ਪਰ ਚੱਕਰ ਉਥੇ ਪ੍ਰਬੰਧਤਾ ਦਿਓ ਉਥੇ ਕਾਰਨ ਕੀ ਨੇ ਉਹ ਵੀ ਤੁਹਾਡੇ ਨਾਲ ਐਤਵਾਰ ਨੂੰ ਸਾਂਝੇ ਕਰਾਂਗੇ ਮਹਾਰਾਜਪਿੰਡ ਦੇ ਵਿੱਚ ਦੂਸਰੀ ਉਥੇ ਨਸ਼ਾ ਤਵਾਹੀ ਦੇ ਅੱਜ ਨਹੀਂ ਕੋਸ਼ਿਸ਼ ਕੀਤੀ ਜਾਂਦੀ ਕੈਪਟਨ ਦੇ ਟਾਈਮ ਦੇ ਵਿੱਚ ਇੱਕੋ ਘਰ ਦੇ ਦੋ ਜਵਾਕ ਚਿੱਟੇ ਨਾਲ ਮਰਦੇ ਤੇ ਪਿੰਡ ਦਾ ਕੱਠ ਰੱਖਿਆ ਜਾਂਦਾ ਜਿਹੜੇ ਕਹਿੰਦੇ ਫੇਸਬੁੱਕ ਤੇ ਬੋਲਦੇ ਆ ਨਾ ਜਾ ਕੇ ਮਹਾਰਾਜਪਿੰਡ ਚ ਆ ਵੀ ਜਾਓ ਉਸ ਪਿੰਡ ਦੇ ਉਸ ਕੱਟ ਨੂੰ ਲਿਖਿਆ ਵੀ ਕੀ ਇਹ ਲੋਕ ਅਧਿਕਾਰ ਲੈਰ ਵੱਲੋਂ ਗਿਆ ਸੀ ਸਾਰੇ ਪਿੰਡ ਦੇ ਵਿੱਚ 5 ਦਿਨ ਘੇੜਾ ਦੇ ਕੇ ਅਲੱਗ-ਅਲੱਗ ਭਰਾਵਾਂ ਕੋਲੇ ਜਾ ਕੇ ਪਰ ਉੱਥੇ ਵੀ ਕੀ ਆ ਮੈਂ ਕਿਹਾ ਕਿ ਦਿਨਾਂ ਕਿਤੇ ਮਹਰਾਜ ਪਿੰਡ ਵੀ ਮੁਰਦਿਆਂ ਦਾ ਪਿੰਡ ਹੀ ਆ ਜ਼ਿਆਦਾਤਰ ਕਿਉਂਕਿ ਚੰਦਗਪਰਾ ਹੀ ਉੱਥੇ ਨਾਲ ਤੁਰੇ ਸੀ ਤੇ ਜਿਹੜੇ ਉੱਥੇ ਆਏ ਸੀ ਹਜ਼ਾਰਾਂ ਦੀ ਸਭ ਤੋਂ ਵੱਡਾ ਮਰਮਾ ਕੇ ਪਿੰਡ ਹੋਵੇ ਤੇ ਬੰਦਾ ਉੱਥੇ 7-800 ਪਹੁੰਚੇ ਸੀ ਸਾਰੇ ਪਿੰਡ ਚੋਂ ਦੋ ਇੱਕੋ ਘਰ ਦੇ ਜੋ ਆਕ ਮਰੇਦੇ ਸੀ ਇੱਕ ਸਨੇਹਾ ਦਿੱਤਾ ਸੀ ਕਿ ਜੇ ਚਿੱਟੇ ਤੋਂ ਬਚਣਾ ਚਾਹਣੇ ਹੋ ਤਾਂ ਸਿਰ ਆਪਦੇ ਜੋੜ ਲਓ ਤੇ ਸਿਰ ਜੋੜ ਕੇ ਉਹਨਾਂ ਲੋਕਾਂ ਦਾ ਭਾਂਡਾ ਤਿਆਗ ਦਿਓ ਪਰ ਉਸ ਪਿੰਡ ਦੇ ਵਿੱਚ ਦੋਸਤੋ 71 ਦਾ ਦੇ ਨਾਮ ਤੇ ਮੈਂ ਤਾਂ ਹੀ ਤਾਂ ਹੀ ਕਰਕੇ ਕਹਿਣਾ ਵੀ ਜ਼ਿਆਦਾਤਰ ਮੁਰਦਾ ਲੋਕ ਨੇ ਜਦੋਂ ਉਦੋਂ ਰੌਲਾ ਪਾਇਆ ਇਹਨਾਂ ਨੇ ਮੰਨੇ ਬਾਈਰਗੇ ਨੇ ਮੂਰੇ ਲਾਇਕੋ ਦੋ ਵੀ ਰੌਲਾ ਪਾਇਆ ਉਦੋਂ ਵੀ ਉੱਥੇ ਪਹੁੰਚਣ ਵਾਲੀ ਗਿਣਤੀ ਬੜੀ ਥੋੜੀ ਸੀ ਜ਼ਿਆਦਾਤਰ ਗਰੀਬ ਕੀ ਆ ਉਹ ਵੇੜੇ ਸੀਗੇ ਜਿਨ੍ਹਾਂ ਦੇ ਵਿੱਚ ਪਾਣੀ ਭਰਿਆ ਹੋਇਆ ਤੇ ਛੱਪੜ ਬਣੇ ਹੋਏ ਸੀ ਪਰ ਦੂਜੇ ਲੋਕਾਂ ਨੇ ਸਾਥ ਨਹੀਂ ਦਿੱਤਾ ਇਸੇ ਕਰਕੇ ਬੇਨਤੀ ਕਰਦਾ ਜੇ ਇਕੱਲੇ ਇਕੱਲੇ ਨੂੰ ਮਾਰੀ ਜਾਂਦੇ ਆ ਤੇ ਇਕੱਲਾ ਇਕੱਲਾ ਨਾਲ ਸਾਰੇ ਖਤਮ ਹੋ ਜਾਣੇ ਆ ਇਕੱਲੇ ਪੈਸੇ ਨਾਲ ਵੀ ਨਹੀਂ ਚੱਲਣਾ ਇਸੇ ਕਰਕੇ ਜੇ ਸੁਰੱਖਿਅਤ ਰਹਿਣਾ ਤਾਂ ਸਿਰ ਜੋੜਨੇ ਪੈਣੇ ਆ ਸਾਝੇ ਮਸਲਿਆਂ ਦੇ ਲੜਨਾ ਪੈਣਾ ਤੇ ਇਹਨਾਂ ਸਰਕਾਰਾਂ ਦੇ ਹਲਕ ਦੇ ਵਿੱਚ ਡੰਡਾ ਦੇਣਾ ਪੈਣਾ ਜਿਨ੍ਹਾਂ ਨੂੰ ਚਾਹ ਨਾਲ ਚੁਣਿਆ ਤੇ ਪੁਲਿਸ ਤੋਂ ਆਪ ਛੱਡ ਦਿਓ ਕਿੱਟਾ ਬੰਦ ਕਰਨ ਦੀ ਛੱਡੋ ਜਿਹੜੇ ਆਪ ਦੀ ਇਫਾਜਤ ਨਹੀਂ ਕਰ ਸਕਦੇ ਉਹ ਥੋਡੀ ਇਫਾਜਤ ਕੀ ਸਵਾ ਕਰਨਗੇ ਤੇ ਸਰਕਾਰ ਜਿਹੜੀ ਅੰਨੀ ਦੇ ਬੋਲੀ ਆ ਜਦੋਂ ਹੁਕਮਰਾਨ ਬੋਲਾ ਹੋ ਜੇ ਫਿਰ ਆਵਾਜ਼ ਉੱਚੀ ਕਰਨੀ ਪੈਂਦੀ ਆ ਬਲੰਦ ਕਰਨੀ ਪੈਂਦੀ ਆ ਇਸੇ ਕਰਕੇ ਬੇਨਤੀ ਕਰਦਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨਾ ਪਹਿਲਾਂ ਸ਼ਹੀਦ ਦੇਗੇ ਤੇ ਹੁਣ ਜਿਹੜੇ ਕੀ ਆ ਲਿਖ ਕੇ ਆਪ ਵਿਚਾਰੇ ਕੀ ਆ ਨਹੀਂ ਹਿੰਮਤ ਕਰ ਸਕੇ ਅਖੀਰ ਨੂੰ ਲਿਖ ਕੇ ਇਨਸਾਫ ਵਾਸਤੇ ਆਪ ਦੇ ਗੋਲੀ ਮਾਰ ਕੇ ਮਰਦੇ ਆ ਚਿੱਠੀਆਂ ਲਿਖ ਕੇ ਜਾਂਦੇ ਆ ਨੋਟ ਲਿਖ ਕੇ ਜਾਂਦੇ ਆ ਪਰ ਨੋਟਾਂ ਦੇ ਥੱਲੇ ਉਹਨਾਂ ਦਾ ਨੋਟ ਦਬ ਦਿੱਤਾ ਗਿਆ ਯਾਰ ਜਿਹੜਾ ਸੁਸਾਈਡ ਨੋਟ ਲਿਖ ਕੇ ਗਏ ਸੀ ਉਹਨੂੰ ਕੀ ਆ ਨੋਟਾਂ ਦੇ ਥੱਲੇ ਦਬ ਦਿੱਤਾ ਜਾਂਦਾ ਇੱਕ ਪੁਲਿਸ ਮੁਲਾਜ਼ਮ ਦੇ ਦੋਸਤੋਂ ਮਰਡਰ ਹੋਇਆ ਸਮਝੋ ਉਹਨੂੰ ਜੇ ਦਬ ਦਿੱਤਾ ਜਾਂਦਾ ਪਰ ਥੋੜੀ ਬਾਤ ਕਿਸੇ ਨੇ ਨਹੀਂ ਪੁੱਛਣੀ ਤੇ ਹਾਲਾਤ ਸਾਰਿਆਂ ਤੇ ਆਉਣਗੇ ਫ੍ਰਸਟ੍ਰੇਸ਼ਨ 'ਚ ਸਾਰੇ ਹੈਗੇ ਆ ਦੇ ਖਾਸ ਕਰਕੇ ਪੁਲਿਸ ਮੁਲਾਜ਼ਮ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਹੱਕਾਂ ਦੇ ਲਈ ਅਜਿਹੇ ਵਰਤਾਰਿਆਂ ਦੇ ਖਿਲਾਫ ਇਕਜੁੱਟ ਤੁਹਾਨੂੰ ਹੋਣਾ ਪਊ ਕਈ ਵਾਰੀ ਗੱਲ ਕਰਦੇ ਆ ਉਹ ਕਹਿੰਦੇ ਸਾਡੀ ਜੂਨੀਅਰ ਨਹੀਂ ਬਣਦੀ ਬਣਦੀ ਤਾਂ ਕਿਸੇ ਦੀ ਨਹੀਂ ਮਾਕੇ ਹੈਗੀ ਪਰ ਜੇਕਰ ਜਿਹਨੂੰ ਸੇਕ ਲੱਗਦਾ ਜੇ ਤੁਸੀਂ ਨਾ ਨਾ ਅੱਜ ਇਕੱਠੇ ਹੋਏ ਮੈਂ ਕਹਿੰਦਾ ਤੁਹਾਡਾ ਬਾਨਾ ਕੁਝ ਨਹੀਂ ਤੇ ਸਭ ਤੋਂ ਵੱਧ ਭੁਗਤੋਂਗੇ ਪੁਲਿਸ ਮੁਲਾਜ਼ਮ ਭੁਗਤੋਂਗੇ ਤੁਹਾਡੇ ਜਵਾਕ ਵੀ ਹੱਥੋਂ ਨਿਕਲਦੇ ਆ ਅਗਲੀ ਗੱਲ ਜਿਹੜਾ ਕੁਝ ਹੋ ਰਿਹਾ ਤੁਹਾਡੇ ਨਾਲ ਉਹ ਵੀ ਤੁਸੀਂ ਸਾਰਾ ਜਾਣਦੇ ਹੋ ਤੁਹਾਡੇ ਨਾਲੋਂ ਕਰਪਟ ਕੀ ਹੈ ਮਹਿਕਮੇ 10 ਗੁਣਾ ਕਰਪਟ ਮਹਿਕਮੇ ਬੈਠੇ ਆ ਪਰ ਤੁਸੀਂ ਕਿਉਂ ਬਦਨਾਮ ਹੋ ਉਹ ਤੁਸੀਂ ਵੇਤਰ ਜਾਣਦੇ ਹੋ ਤੇ ਤੁਹਾਨੂੰ ਆਪਰੇ ਦਸਤਵਰਾਂ ਦੇ ਖਰਚਿਆਂ ਵਾਸਤੇ ਵੀ ਕੀ ਆ ਮੈਂ ਕਹਣਾ ਸਰਕਾਰ ਤੋਂ ਜਾਂ ਉਹਨਾਂ ਤੋਂ ਮੰਗਣੇ ਚਾਹੀਦੇ ਆ ਨਾ ਕਿ ਲੋਕਾਂ ਤੋਂ ਮੰਗਣੇ ਚਾਹੀਦੇ ਆ ਤੇ ਲੋਕਾਂ ਤੋਂ ਮੰਗੋਗੇ ਤੇ ਸ਼ਰਮਾਇਦਾਰਾਂ ਦੇ ਥੱਲੇ ਮਕੇ ਮੁਰੇ ਝੁਕੋਗੇ ਫਿਰ ਉਹਨਾਂ ਦੇ ਹੁਕਮ ਵੀ ਮੰਨਣੇ ਪੈਣਗੇ ਤੇ ਉਹਨਾਂ ਦੇ ਮਗਰ ਖੇ ਵੀ ਖਾਣੀ ਪਊਗੀ ਫਿਰ ਤਾਂ ਹੀ ਨਸ਼ਾ ਵੇਚਣ ਵਾਲੇ ਵੀ ਵਜਦੇ ਹੋ ਦਲਾਲ ਵੀ ਵਜਦੇ ਹੋ ਇਸੇ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਰੇ ਇਕੱਠੇ ਹੋ ਕੇ ਆਪਦੇ ਹੱਕਾਂ ਖਾਤਰ ਤੁਹਾਨੂੰ ਵੀ ਸਿਰ ਜੁੜਨੇ ਪੈਣਗੇ ਬਾਕੀ ਵਿਭਾਗੇ ਵੀ ਬੋਲਦੇ ਆ ਬੋਲਣਾ ਤੁਹਾਨੂੰ ਵੀ ਪਊ ਤੇ ਜੇ ਚੁੱਪ ਕਰਕੇ ਛੇਤਰ ਖਾਣੇ ਆ ਫਿਰ ਖਾਈ ਚਲੋ ਜਿਵੇਂ ਤੁਹਾਡੇ ਡੀਸੀਪੀ ਨੇ ਖਾਦੇ ਆ ਤੇ ਬਦਲੀ ਕਰਾਈ ਆ ਛੇਤਰ ਵੀ ਖਾਦੇ ਪਰਚਾ ਵੀ ਕਰਾਇਆ ਬਦਲੀ ਵੀ ਕਰਾਈ ਤੇ ਚੁੱਪ ਵੀ ਕਰ ਗਏ ਤੇ ਡੀਸੀਪੀ ਦਾ ਇਹ ਹਾਲ ਆ ਤੇ ਇੱਕ ਏਐਸਆਈ ਦੇ ਮਰਡਰ ਰੂਮ ਆ ਕੇ ਬਦਲ ਦਿੱਤਾ ਜਾਂਦਾ ਜਿਹਨੂੰ ਸੀਨੀਅਰ ਬੰਦਾ ਕੀ ਆ ਟਾਰਚਰ ਕਰਦਾ ਸੀ ਤਾਂ ਫਿਰ ਸਾਨੂੰ ਆਸ ਕੋਈ ਨਹੀਂ ਹੁਣ ਖਾਸ ਕਰਕੇ ਪੁਲਿਸ ਵਾਲਿਆਂ ਤੋਂ ਕਿਉਂਕਿ ਪੁਲਿਸ ਵਾਲੇ ਕੀ ਆ ਸਾਡੇ ਉਤੋਂ ਦੀ ਆ ਉਹਨਾਂ ਦੇ ਉਤੋਂ ਦੀ ਪੋਲਿਟੀਸ਼ੀਅਨ ਹੈਗੇ ਆ ਤੇ ਫਿਰ ਅਸੀਂ ਬਾਦਲ ਕੇ ਮਜੀਠੀਆਂ ਖਿਲਾਫ ਕਾਰਵਾਈ ਕਿੱਥੋਂ ਭਾਲਦੇ ਆ ਜੇ ਚਾਹਣਿਓ ਕਾਰਵਾਈ ਤਾਂ ਬੋਲ ਪਿਓ ਤੇ ਉਹਨਾਂ ਦੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਤੀਆਂ ਜਾਂ ਸੁਸਾਈਡ ਵੀ ਕਰ ਗਏ ਨਹੀਂ ਵਿਚਾਰੇ ਲੜ ਸਕੇ ਪਰ ਥੋੜੇ ਤੋਂ ਇੱਕ ਆਸ ਰੱਖ ਕੇ ਸੁਸਾਈਡ ਨੋਟ ਜਿਹੜਾ ਕੋਈ ਲਿਖ ਕੇ ਜਾਂਦਾ ਤਾਂ ਕਿ ਉਹਨਾਂ ਦੀਆਂ ਰੂਹਾਂ ਤੋਂ ਜਾਂ ਤਾਂ ਮਾਫੀ ਮੰਗ ਲਿਓ ਨਹੀਂ ਫਿਰ ਪੋਸਟ ਸ਼ੇਅਰ ਜ਼ਰੂਰ ਕਰਦੇਓ ਚੁੱਪ ਕਰਕੇ ਬੈਠਣ ਨਾਲੋਂ ਨਹੀਂ ਇਹਨਾਂ ਨੇ ਤੁਹਾਨੂੰ ਉਜਾੜ ਕੇ ਇਸ ਧਰਤੀ ਨੂੰ ਛੱਡ ਕੇ ਭੱਜਣ ਵਾਸਤੇ ਮਜਬੂਰਤਾ ਕਰ ਰੱਖਿਆ ਤੇ ਦੇਸ਼ ਮੁਰਦਿਆਂ ਦਾ ਤੇ ਚੋਰਾ ਦਾ ਰਾਜ ਆ ਜਿਹੜਾ ਉਹ ਚੱਲੀ ਜਾਊਗਾ ਜੇ ਮੁਰਦੇ ਬਣ ਕੇ ਰਹਿਣਾ ਜੇ ਬੋਲੋਗੇ ਤਾਂ ਤੁਹਾਡਾ ਧੰਨਵਾਦ ਹੋਊਗਾ ਤੇ ਸਾਥ ਦੇਂਦੇ ਰਹੋਗੇ ਤੇ ਪੋਸਟਾਂ ਨੂੰ ਅੱਗੇ ਸ਼ੇਅਰ ਕਰਦੇ ਰਹੋਗੇ ਫ੍ਰੀ ਲੀਫ ਆਰਵੈਦਿਕ ਔਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ ਸਰਵਾਈਕਲ ਮਾਈਗਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ ਇਥੋਂ ਤੱਕ ਕਿ ਬਲੋਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇਕ ਕੋਈ ਇੱਕ ਇਲਾਜ ਹੈ ਫਰੀ ਰਿਲੀਫ ਅਰਵੈਦਿਕ ਆਇਲ ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ ਫਰੀ ਰਿਲੀਫ ਵਿਜੀਲੈਕਸ weight lose ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਵਜ਼ਨ ਘਟਾਓ ਤੇ ਖੁਸ਼ ਹੋ ਜਾਓ ਫਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕਪਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ وير রিলিফ بابر कब्ज ਤੋਂ پریشان ਹੋਣ ਦੀ ਹੁਣ ਜ਼ਰੂਰਤ ਨਹੀਂ ਹੈ कब्ज ਤੋਂ छुटकारा ਪਾਉਣ ਲਈ ਆ ਗਿਆ कब्ज ਹਰ ਚੂਰਨ कब्ज ਹਰ ਚੂਰਨ ਨੂੰ ਅਪਣਾਓ ਤੇ कब्ज ਤੋਂ छुटकारा ਪਾਓ ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 840 नंबर एक बार फिर नोट कर सकते हो नाइन फोर सैवन एट फोर एट फोर जीरो एट सैवन